ਚਰਨਜੀਤ ਸਿੰਘ ਚੰਨੀ ਲੈ ਲੈਂਦਾ ਲੋਈ 3 ਕਿਲੋ ਦੀ ਗੱਪ ਸਿੜਦਾ ਟਕੇ ਟਕੇ ਦੇ ਕਿਆ ਗੱਲ ਕਰਦਾ ਗੁੜ ਖਾਣ ਜਾਊਗਾ ਕੋਈ ਗੁੜ ਨੂੰ ਸੇਕ ਜ਼ਿਆਦਾ ਲੱਗ ਗਿਆ ਨਾ ਉਹ ਵਿਚਾਰ ਡਰਦਾ ਕਹਿੰਦਾ ਹਾਂਜੀ ਹਾਂਜੀ ਜ਼ਿਆਦਾ ਲੱਗ ਗਿਆ ਯਾਰ ਕਿਆ ਗੱਲ ਕਰਦਾ ਮੈਂ ਗੁੜ ਕੱਢਦਾ ਰਿਹਾ ਕਿਸੇ ਦਾ ਮੰਜਾ ਵੇਖ ਲਿਆ ਬੁੰਦਾ ਕਿਆ ਗੱਲ ਕਰਦਾ ਰਿਹਾ ਇਹਨੂੰ ਇੱਕ ਵਾਲ ਐ ਮਾਰ ਦੇ ਮਾਰ ਗਲਤ ਹੀ ਦਿੰਦਾ ਵਾਲ ਮੰਜੇ 'ਚ ਉਹ ਕਹਿੰਦਾ ਸੱਚੀ ਬਹੁਤ ਵਧੀਆ ਜੀ ਤੁਸੀਂ ਤਾਂ ਬੜਾ ਵਧੀਆ ਉਹ ਵਿਚਾਰ ਡਰਦਾ ਉਹਨੂੰ ਪਤਾ ਵੀ ਇੰਨੀ ਫੌਜ ਖੜੀ ਕਿਤੇ ਚੁੱਕ ਨਾ ਜਾਣ ਲੈਣ ਉਹ ਕਹਿੰਦੇ ਬਹੁਤ ਵਧੀਆ ਮੰਜਾ ਬੁੰਦਾ ਕਿਆ ਗੱਲ ਕਰਦਾ ਰਿਹਾ ਮੈਂ ਮੰਜੇ ਬੁੰਦਾ ਰਿਹਾ ਜੇ ਕੋਈ ਬੰਦੇ ਨੂੰ ਇਹਨਾਂ ਨੇ ਸਪੀਕਰ ਲਾਉਂਦੇ ਵੇਖ ਲਿਆ ਕਿਆ ਗੱਲ ਕਰਦਾ ਰਿਹਾ ਮੈਂ ਸਪੀਕਰ ਲਾਉਂਦਾ ਰਿਹਾ ਤੁਸੀਂ ਇੰਟਰਵਿਊ ਕੀਤੀ ਕਹਿੰਦੇ ਚਰਨਜੀਤ ਸਿੰਘ ਚੰਨੀ ਦੀ ਜਿੱਦੇ ਕੀਤੀ ਨਾ ਉੱਤੇ ਤੁਹਾਨੂੰ ਵੀ ਕਹਿ ਦੂਗਾ ਕਿਆ ਗੱਲ ਕਰਦਾ ਰਿਹਾ ਕਿਆ ਸਵਾਲ ਪੁੱਛਦਾ ਮੈਂ ਵੀ ਪੱਤਰਕਾਰ ਰਿਹਾ ਤੇ ਜੇ ਕੋਈ ਇਹਦੇ ਕੋਲ ਨੱਕ ਸੁਣਕਦਾ ਹੋਵੇ ਐ ਕਰਤਾ ਯਾਰ ਕਿਆ ਨੱਕ ਸੁਣਕਦਾ ਫਿਰਦਾ ਜਦੋਂ ਮੈਂ ਨੱਕ ਸੁਣਕਦਾ ਹੀ ਲਿੱਬਾ ਬਾਹਰ ਡਿੱਗਣਾ ਕੰਧ ਤੇ ਮਾਰਨਾ ਕੰਧ ਥੱਲੇ ਡਿੱਗ ਪੈਣੀ ਇਹ ਇਹਦੇ ਨਾਲ ਵਿਕਾਸ ਹੁੰਦਾ ਤੁਸੀਂ ਇਸ ਵੀਡੀਓ ਬਾਰੇ ਕੀ ਰਾਏ ਰੱਖਦੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।